ਜੇਕਰ ਹੁਣ ਇਹਨਾਂ ਪਰੇਸ਼ਾਨੀਆਂ ਨੂੰ ਪਿੰਡ ਵਾਸੀ ਹੱਲ ਕਰਾਉਣਾ ਚਾਹੁੰਦੇ ਨੇ ਤਾਂ ਆਪਣੇ ਉਮੀਦਵਾਰ ਦੇ ਵਿੱਚ ਲੋਕ ਵੇਖਦੇ ਕੀ ਨੇ। ਮਾਨਸਾ ਦਾ ਪਿੰਡ ਠੂਠਿਆਂ ਵਾਲੀ ਜੋ ਕਿ ਮਾਨਸਾ ਬਠਿੰਡਾ ਦੀ ਮੁੱਖ ਰੋਡ ਦੇ ਨਾਲ ਲੱਗਦਾ ਹੈ, ਪਰ ਇਸ ਪਿੰਡ ਦੇ ਵਿੱਚ ਵਿਕਾਸ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ। ਪਿੰਡ ਦੀਆਂ ਜ਼ਿਆਦਾਤਰ ਗਲੀਆਂ ਕੱਚੀਆਂ ਨੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਠੋਸ ਪ੍ਰਬੰਧ ਨਹੀਂ ਹੈ। ਪਿੰਡ ਦਾ ਇਕਲੌਤਾ ਛੱਪੜ ਵੀ ਗੰਦਗੀ ਦੇ ਨਾਲ ਭਰਿਆ ਪਿਆ ਹੈ ਅਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਕੂੜਾ ਸੁੱਟ ਕੇ ਗਲੀਆਂ ਦੇ ਉੱਤੇ ਕਬਜ਼ਾ ਕਰ ਰੱਖਿਆ। ਸਾਡੇ ਪਿੰਡ ਫਿਰਨੀ ਦਾ ਬੁਰਾ ਹਾਲ ਹੈ ਜੀ, ਲੰਘਣ ਨੂੰ ਥਾਂ ਨਹੀਂ ਹੈਗਾ ਜੀ, ਪਾਣੀ ਖੜ੍ਹਾ ਰਹਿੰਦਾ ਜੀ, ਟੋਏ ਪਏ ਨੇ ਫਿਰਨੀ ਦੇ ਵਿੱਚ। ਕੋਈ ਵੀ ਜਵਾਕ ਜਾਂ ਪੜ੍ਹਨ ਵਾਲਿਆਂ ਦਾ ਵੀ ਬੁਰਾ ਹਾਲ ਹੈ ਜੀ, ਗੱਡੀਆਂ ਨਹੀਂ ਲੰਘਦੀਆਂ ਇੱਥੋਂ ਦੀ। ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੈ ਜੀ ਸਾਡੇ, ਕੋਈ ਜਿਹੜੀਆਂ ਟੂਟੀਆਂ ਵਾਲੀਆਂ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੀ ਕਿਸੇ ਨੇ। ਕੀ ਮਾਮਲਾ ਹੁਣ ਅਸੀਂ ਸਾਰੇ ਜੀ ਆਲੇ ਦੁਆਲੇ ਫਿਰਨੀ ਰੋਕੀ ਪਈ ਹੋਊਗਾ, ਆਲੇ ਪਾਸੇ ਜਾ ਕੇ ਦੇਖ ਲਓ ਬੰਦ ਹੋਈ ਪਈ, ਆਹ ਦੇਖ ਲਓ ਮੋਟਰਸਾਈਕਲ ਨਹੀਂ ਮੁੜਦਾ ਇੱਧਰੋਂ, ਆਹ ਬੰਦ ਹੀ ਇੱਥੇ ਗੰਦ ਆ ਜੀ ਮੇਰਾ ਪਿੰਡ ਦੇ ਵਿੱਚ ਫਿਰਨੀਆਂ 'ਚ, ਮੇਰਾ ਗੰਦ ਆ ਜੀ ਮੇਰਾ ਘਰ ਆ। ਖੁਦ ਮੈਂ ਪੰਚਾਇਤ ਨੂੰ ਵੀ ਆਪ ਖੁਦ ਆਖਿਆ ਦੋ ਤਿੰਨ ਵਾਰੀ, ਮੇਰੀ ਕੋਈ ਸੁਣੀ ਨਹੀਂ ਕਿਸੇ ਪੰਚਾਇਤ ਨੇ। ਤਾਂ ਜਿਹੜੇ ਆ 5 ਸਾਲ ਤੀ ਸਾਡੇ ਬਰਾਬਾਦ ਗਏ ਜੀ, ਸਾਡੇ ਪਿੰਡ ਦਾ ਕੋਈ ਵੀ ਕੰਮ ਨਹੀਂ ਹੋਇਆ। ਜੇ ਗਰਾਂਟਾਂ ਆਈਆਂ ਸੀ ਤਾਂ ਗਰਾਂਟਾਂ ਦੇ ਵਿੱਚੋਂ 8 ਲੱਖ ਰੁਪਈਆ ਅਸੀਂ ਸਰਪੰਚ ਬਣੀ ਕੱਢਿਆ ਸੀਗਾ, ਤਾਂ ਉਹ 8 ਲੱਖ ਦੇ ਵਿੱਚੋਂ ਜਦੋਂ ਸਾਡੀ ਇੱਥੇ ਨਾਂ ਸੁਣੀ ਬਠਿੰਡੇ ਕੇਸ ਹੋਇਆ, ਬਠਿੰਡੇ ਵਾਲੇ DDPO ਨੇ ਮਤਲਬ ਜਦੋਂ ਖਿੱਚੇ ਤਾਂ ਇਹਨਾਂ ਨੇ 2,15,000 ਭਰਤਾ ਸੀਗਾ ਸਰਪੰਚ ਨੇ, ਜਿਹੜੇ ਬਾਕੀ ਪੈਸੇ ਸੀ ਉਹ ਵਿੱਚ ਹੀ ਬਰਬਾਦ ਹੋ ਗਏ, ਸਾਨੂੰ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਪਿੰਡ ਦੇ ਵਿੱਚ ਵਿਕਾਸ ਦਾ ਮਾੜਾ ਹਾਲ ਹੈ ਅਤੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ RO ਸਿਸਟਮ ਦਾ ਵੀ ਕੋਈ ਪ੍ਰਬੰਧ ਨਹੀਂ। ਪਿੰਡ ਦੇ ਵਿੱਚ ਕੋਈ ਵੀ ਬੱਸ ਅੱਡਾ ਮੌਜੂਦ ਨਹੀਂ ਹੈ, ਜਿਸ ਵਜ੍ਹਾ ਕਰਕੇ ਪਿੰਡ ਵਾਸੀਆਂ ਨੂੰ ਦੂਜੇ ਪਿੰਡ ਤੋਂ ਬੱਸ ਲੈਣ ਲਈ ਜਾਣਾ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਪਿੰਡ ਦੇ ਕੁਝ ਲੋਕ ਹੁਣ ਚੋਣਾਂ ਦੇ ਵਿੱਚ ਵੋਟਾਂ ਨਾ ਪਾਉਣ ਦੀ ਗੱਲ ਕਹਿ ਰਹੇ ਨੇ। ਲੋਕਾਂ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਵਿਕਾਸ ਦੇ ਲਈ ਆਈਆਂ ਗਰਾਂਟਾਂ ਦੇ ਵਿੱਚ ਘਪਲੇਬਾਜ਼ੀ ਕੀਤੀ ਗਈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਸਾਡੇ ਪਿੰਡ ਦਾ ਸਮੱਸਿਆ ਜੀ ਅੱਡੇ ਦੀ ਹੈ, ਕੋਈ ਬੱਸ ਨਹੀਂ ਖੜ੍ਹ ਰਹੀ, ਜਵਾਕਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ, ਕੋਈ ਬੈਠਣ ਨੂੰ ਜਗ੍ਹਾ ਨਹੀਂ, ਬਹੁਤ ਬੁਰੀ ਹਾਲਤ ਹੈ ਪਿੰਡ ਦੀ। ਬੱਸਾਂ ਬਣਾ, ਅੱਡਾ ਜੀ ਜ਼ਰੂਰੀ ਬਣਨਾ ਚਾਹੀਦਾ ਹੈ, ਇਹਦੇ ਵਿੱਚ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਵਿੱਚ ਕਹਿੰਦੇ ਕਿ ਬਣਾਇਆ ਨਹੀਂ ਕੰਮ, ਤੁਸੀਂ ਕੀ ਨਹੀਂ ਬਣਾਇਆ? ਮਾਂ ਜਿਵੇਂ ਹਰੀਆਂ ਜਰਾਂ ਬੇਟੇ ਐਡਾ ਪਾਣੀ ਖੜ੍ਹਾ ਤੀ, ਸਾਰੀਆਂ ਗਲੀਆਂ ਉੱਚੀਆਂ ਚੱਕ ਚੱਕ ਬਣਾਈਆਂ, ਇੱਕ ਭੋਰਾ ਪਾਣੀ ਨਹੀਂ ਖੜ੍ਹਦਾ, ਫਿਰਨੀ 'ਤੇ ਖੜ੍ਹਦਾ, ਕਿਹੜਾ ਕਰਨ ਯੋਗ ਹੈ ਵੀ ਫਿਰਨੀ ਦਾ ਬੁਰਾ ਹਾਲ ਹੈ, RO ਬੰਦ ਪਿਆ ਜਾਵਾਂ, ਇਹ 'ਚ ਕੋਈ ਸ਼ੱਕ ਨਹੀਂ। ਪੰਚਾਇਤ ਕੀ ਕਰੇ, ਉਹਦੇ ਕੋਈ ਤਨਖਾਹ ਨਹੀਂ ਦਿੰਦਾ, ਉਹ ਕਹਿੰਦੇ ਸਾਨੂੰ ਤਨਖਾਹ ਨਹੀਂ, ਬਿੱਲ ਨਹੀਂ ਭਰੇ। ਪਿੰਡ ਦੀ ਬਦਹਾਲ ਹਾਲਤ ਤੋਂ ਪਿੰਡ ਵਾਸੀ ਦੁਖੀ ਨੇ ਤੇ ਪਿੰਡ ਦੇ ਵਿੱਚ ਬੁਨਿਆਦੀ ਵਿਕਾਸ ਦੀ ਮੰਗ ਕਰ ਰਹੇ ਨੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪਿੰਡ ਦਾ ਵਿਕਾਸ ਨਹੀਂ ਹੁੰਦਾ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਵੀ ਆਪਣਾ ਕੀਮਤੀ ਵੋਟ ਨਹੀਂ ਦੇਵੇਗਾ। ਮਾਨਸਾ